हाँ जी मेरा बलविंदर कौर एमसीओ केडी पार्टी ना वार्ड नंबर 9 ते बीजेपी मैम की होया सी या जेड़ा अज होया थानू इहदा कोई नोटिस दिता गया सी जेड़ा दुकान दा जेड़ा ढाउण लई पहुंचे नहीं जी मैनूं कोई नोटिस नहीं आया हैगा जद तक मैं आई हां जद तक ता हटाती सीगी ते दुकान थोड़ी अपनी है जी हां जी मैं सांझी आ मेरी मैं किसी नाल लती हुई है ਇਹਨੂੰ ਨੋਟਿਸ ਕੱਢਿਆ ਗਿਆ ਸੀਗਾ ਪਹਿਲਾਂ ਰੁਕਿਆ ਗਿਆ ਸੀ ਸਮਾਨ ਵੀ ਚੱਕਿਆ ਪਰ ਉਹਦੇ ਬਾਵਜੂਦ ਵੀ ਰੁਕਿਆ ਨਹੀਂ ਹੈ ਕਿੰਨੇ ਦਿਨ ਪਹਿਲਾਂ ਕੱਢਿਆ ਸੀ ਨੋਟਿਸ ਹੋ ਗਿਆ ਹਫਤਾ ਦਾ ਸਿਨ ਹੋ ਗਿਆ ਤੇ ਉਸ ਉਹਨੇ ਸਮਾਨ ਚੱਕਿਆ ਗਿਆ ਸੀ ਸਮਾਨ ਵੀ ਚੱਕਿਆ ਸੀਗਾ ਇਹਨੂੰ ਰੁਕਿਆ ਵੀ ਸੀਗਾ ਤੇ ਇਹਨੂੰ ਰਿਕੁਐਸਟ ਵੀ ਕੀਤੀ ਵੀ ਤੇਰਾ ਗੈਰ ਕਾਨੂੰਨੀ ਕੰਮ ਹੈ ਪਹਿਲਾਂ ਨਕਸ਼ਾ ਪਾਸ ਕਰਾ ਫਿਰ ਉਸਾਰੀ ਕਰ ਇਹ ਕੌਂਸਲ ਦੀ ਨਹੀਂ ਹੈ ਜਗ੍ਹਾ ਉਹਦੀ ਹੈ ਪਰ ਨਕਸ਼ਾ ਪਾਸ ਕਰਨ ਪਰਮਿਸ਼ਨ ਤਾਂ ਲੈਣੀ ਜ਼ਰੂਰੀ ਹੈ ਨਾ ਨਗਰ ਕੌਂਸਲ ਦੀ ਪਰਮਿਸ਼ਨ ਤੋਂ ਬਿਨਾਂ ਉਸਾਰੀ ਹੋ ਰਹੀ ਸੀ ਜਗ੍ਹਾ ਪਾਸ ਹੈਗਾ ਪਰ ਅਸੀਂ ਥਾਂ ਢਾ ਰਹੇ ਹਾਂ ਤੇ ਤਾਂ ਬਦਲਾ ਕੋਈ ਜਾਂ ਕਹਿ ਲਓ ਜਾਂ ਤਕਾ ਕਹਿ ਲਓ ਨਕਸ਼ਾ ਹੀ ਨਹੀਂ ਪਾਸ ਹੈਗਾ ਕੋਈ ਨਾ ਕੋਈ ਰਸਤਾ ਹੋਇਆ ਤੁਹਾਡਾ ਵੀ ਦੁਕਾਨ ਤਾਂ ਆਈ ਜਾਣੀ ਹੈ ਜਾਂ ਪਹਿਲਾਂ ਜਦੋਂ ਸਮਾਨ ਚੱਕਿਆ ਗਿਆ ਤੁਹਾਨੂੰ ਕਿਸੇ ਨੇ ਨਹੀਂ ਦੱਸਿਆ ਵੀ ਐਨਸੀ ਦੀ ਦੁਕਾਨ ਹੈ ਜਾਂ ਨਹੀਂ ਨਹੀਂ ਐਦਾਂ ਹੀ ਕੋਈ ਤਾਂ ਮੈਂ ਆਪਣੇ ਸਮੇਂ ਦੇ ਜ਼ਿੰਮੇਵਾਰ ਆ ਪਹਿਲਾਂ ਜੋ ਹੋ ਗਿਆ ਜੇ ਕੋਈ ਮੇਰੇ ਤੋਂ ਜਾਣ ਜਾਊਗਾ ਉਹ ਕੁਝ ਸਾਰੀਆਂ ਹੁਣ ਵੀ ਚੱਲ ਰਹੀਆਂ ਨੇ ਇਸ ਟਾਈਮ ਲਈ ਮੌਜੂਦਾ ਅਸੀਂ ਉਹਨਾਂ ਤੇ ਵੀ ਕਾਰਵਾਈ ਕਰ ਰਹੇ ਹਾਂ ਪਰ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਕਿਹਾ ਗਿਆ ਵਾ ਵੀ ਮੈਨੂੰ ਵੀ ਇਹਨਾਂ ਨੇ ਇਤਲਾਹ ਦਿੱਤੀ ਮੈਨੂੰ ਇਤਲਾਹ ਦਿੱਤੀ ਤੋਂ ਬਿਨਾਂ ਕਾਰਵਾਈ ਦਿੱਤੀ ਨਹੀਂ ਨਹੀਂ ਇਹਨਾਂ ਦੀ ਨੌਲੇਜ ਸੀਗਾ ਪਹਿਲਾਂ ਦੱਸਿਆ ਆਇਆ ਸੀਗਾ ਸਮਾਨ ਚ ਜੋ ਚੱਕਿਆ ਗਿਆ ਤਾਂ ਵੀ ਇਹਨਾਂ ਨੌਲੇਜ ਲਿਆਂਦਾ ਗਿਆ ਸਾਨੂੰ ਤਾਂ ਨੋਟਿਸ ਵੀ ਅਸੀਂ ਜਿਹੜੀ ਇਹ ਦੁਕਾਨ ਤਾਂ ਹੈਗੀ ਹੈ ਮੇਰੀ ਪਾਰਟੀ ਦੀ ਐਮਸੀ ਹੈ ਤਾਂ ਕਰਕੇ ਨਜਾਇਜ਼ ਸਾਡੇ ਨਾਲ ਤਾਂ ਨਹੀਂ ਇਦਾਂ ਦਾ ਕੁਝ ਨਹੀਂ ਅਸਤਾ ਇਹ ਕਹਿ ਰਿਹਾ ਵੀ ਇਹਦੀ ਪਰਮਿਸ਼ਨ ਹੈ ਨਹੀਂ ਸੀਗੀ ਨਕਸ਼ਾ ਪਾਸ ਨਹੀਂ ਸੀਗਾ ਉਸ ਕਰਕੇ ਟਾਇਆ ਤੁਹਾਡੇ ਵੱਲੋਂ ਕਹਿਣ ਦਾ ਭਾਵ ਇਹ ਹੈ ਕਿ ਇਹ ਦੁਕਾਨ ਬੰਦ ਰਹੀ ਹੋਈ ਜਾਇਜ਼ ਉਹਨਾਂ ਨੂੰ ਪਤਾ ਸੀ ਤੇ ਨਗਰ ਕੌਂਸਲ ਪ੍ਰਧਾਨ ਨੂੰ ਪਤਾ ਅਸੀਂ ਰੋਕਿਆ ਵੀ ਸੀ ਇਹਨੂੰ ਇੱਥੇ ਕਈ ਦਿਨ ਆਂਦੇ ਵੀ ਰਹੇ ਨੇ ਸਮਾਨ ਨੂੰ ਵਾਪਸ ਚੱਕ ਕੇ ਵਾਪਸ ਵੀ ਦਿੱਤਾ ਤੇ ਨਜਾਇਜ਼ ਹੋਣ ਕਰਕੇ ਕੀਤਾ ਕਾਰਵਾਈ ਕੀਤੀ ਗਈ ਹੈ ਹੋਰ ਕੁਝ ਨਹੀਂ ਮੈਨੂੰ ਵੀ ਤੋਂ ਪਹਿਲਾਂ ਹੀ ਪਤਾ ਲੱਗਿਆ ਥੋੜਾ ਚਿਰ ਪਹਿਲਾਂ ਤੇ ਉਹ ਇੱਕ ਕਾਰਵਾਈ ਯਾਰ ਟੀਨ ਦੇ ਵਿੱਚ ਹੋਈ ਆ ਸ਼ਾਇਦ ਮੇਰੇ ਖਿਆਲ ਤੇ ਉਹਨਾਂ ਨੇ ਪਾਸਪੋਰਟ ਦੀ ਕਰਾਈ ਨਕਸ਼ਾ ਪਾਸ ਦੀ ਕਰਾਇਆ ਤੇ ਤਾਂ ਕਰਕੇ ਉਹਦੇ ਉੱਪਰ ਕਾਰਵਾਈ ਹੋਈ ਆ ਨਗਰ ਕੌਂਸਲ ਦੇ ਪ੍ਰਧਾਨ ਦਾ ਕਹਿਣਾ ਇਹ ਹੈ ਵੀ ਜਿਹੜੀ ਇਹ ਬਦਲ ਦੀ ਰਾਜਨੀਤੀ ਕਰ ਰਹੇ ਨੇ ਮੈਨੂੰ ਦੱਸਿਆ ਵੀ ਨਹੀਂ ਗਿਆ ਇਹ ਵੀ ਐਮਐਲਏ ਸ਼ਾਇਦ ਕੰਮ ਹੋ ਰਿਹਾ ਦੇਖੋ ਗੱਲ ਇਹ ਆ ਵੀ ਇਹਨਾਂ ਨੂੰ ਤਾਂ ਕੋਈ ਨਾ ਕੋਈ ਮੌਕਾ ਬਦਨਾਮ ਕਰਨ ਵਾਸਤੇ ਚਾਹੀਦਾ ਸਭ ਤੋਂ ਵੱਡੀ ਗੱਲ ਮੈਂ ਤੁਹਾਡੇ ਮੂਹਰੇ ਗੱਲ ਕਰਦਾ ਅੱਜ ਸਵੇਰ ਦੇ ਮੈਂ ਦੇਖਿਆ ਵੀ ਆ ਕਈ ਪਾਸੇ ਸਿਰਫ ਸ਼ਰਿਆਂ ਮੇਰਾ ਨਾਮ ਲੈ ਰਹੇ ਨੇ ਇੱਕ ਐਮਸੀ ਆ ਬੀਬੀ ਇਹਨਾਂ ਦੀ ਕਹਿ ਰਹੇ ਨੇ ਵੀ ਉਹ ਕਹਿ ਰਹੀ ਆ ਮੇਰੀ ਦੁਕਾਨ ਢਵਾਤੀ ਸਾਡੀ ਐਮਸੀ ਦੀ ਦੁਕਾਨ ਜਿਹੜੀ ਆ ਪਾਇਆ ਰਹੀ ਦੀ ਉਹ ਢਾਤੀ ਉਹ ਸ਼ਰਾ ਆਮ ਝੂਠ ਬੋਲਦੇ ਨੇ ਤੁਸੀਂ ਰਜਿਸਟਰੀ ਦਿਖਾ ਦਿਓ ਉਹਦੇ ਨਾਲ ਹੋਈ ਹੋਈ ਆ ਕਿਸੇ ਹੋਰ ਦੀ ਦੁਕਾਨ ਨੂੰ ਆਪਣੀ ਦੁਕਾਨ ਸ਼ੋਅ ਕਰਕੇ ਬਦਲੇ ਦੀ ਰਾਜਨੀਤੀ ਦੱਸ ਕੇ ਸਿਰਫ ਬਦਨਾਮ ਕਰਨ ਦੀ ਕੋਸ਼ਿਸ਼ ਹੈ ਉਹਨਾਂ ਦੀ ਹੋਰ ਕੁਛ ਨਹੀਂ ਹੈਗਾ ਇਹ ਪ੍ਰਧਾਨ ਜੀ ਨੂੰ ਪੁੱਛੋ ਜੀ ਪ੍ਰਧਾਨ ਜੀ ਦੇ ਅੰਡਰ ਆਉਂਦਾ ਪ੍ਰਧਾਨ ਜੀ ਉਹਨਾਂ ਦੇ ਤੁਹਾਨੂੰ ਪਤਾ ਪਿੱਛੇ ਦੇ ਟਾਈਮ ਅਜੇ ਹੋਰ ਨੇ ਇਹਨਾਂ ਦੇ ਟਾਈਮ ਕਲੱਬ 'ਚ ਮੈਂ ਤਾਂ ਪਿੱਛੇ ਇੱਕ ਉਦੋਂ ਵੀ ਜਾ ਮੈਂ ਤਾਂ ਸਿਰਫ ਇੱਕ ਨਾਗਰਿਕ ਹੁਣ ਦੇ ਨਾਂ 'ਤੇ ਚਲੋ ਜ਼ਿੰਮੇਵਾਰ ਅਤੇ ਵਿਧਾਇਕ ਹੋਣ ਦੇ ਨਾਂ 'ਤੇ ਜਦੋਂ ਮੈਨੂੰ ਕੋਈ ਗੱਲ ਪਤਾ ਲੱਗਦੀ ਆ ਮੈਂ ਜ਼ਰੂਰ ਧਿਆਨ 'ਚ ਲਿਆਉਂਦਾ ਪਿਛਲੀ ਵਾਰ ਇੱਕ ਟੋਭੇ ਦੇ ਉੱਪਰ ਕਬਜ਼ਾ ਹੋਣ ਲੱਗਿਆ ਸੀਗਾ ਕਰਨਵੀਰ ਨੂੰ ਮੈਂ ਦੱਸਿਆ ਭਰਾ ਵੀ ਰੋਕ ਲਓ ਜੇ ਰੋਕ ਹੁੰਦਾ ਪਰ ਮੰਨੇ ਨਹੀਂ ਹੈਗੇ ਉਹ ਦੁਕਾਨ ਪੈ ਗਈ ਆ ਉਹ ਵੀ ਸ਼ਰਾਮੇ ਪੈ ਗਈ ਆ ਇਹਨਾਂ ਦੀ ਸ਼ਹਿਰ 'ਤੇ ਪੈ ਗਈ ਆ ਇਸ ਕਰਕੇ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਹੈਗੀਆਂ ਜਿਹੜੀਆਂ ਪ੍ਰਾਪਰਟੀਆਂ ਜਾਂ ਕਰੀਏ ਸਰਕਾਰੀ ਪਈਆਂ ਨੇ ਜੇ ਉਹਨਾਂ ਦੇ ਕਬਜ਼ੇ ਹੋਣਗੇ ਉਹ ਗਲਤ ਗੱਲ ਆ ਹਾਂ ਜਿੱਥੇ ਤੱਕ ਟੈਕਸ ਵਾਲੀ ਗੱਲ ਆ ਟੈਕਸ ਜੇ ਆਊਗਾ ਤਾਂ ਸ਼ਹਿਰ ਦਾ ਡਿਵੈਲਪਮੈਂਟ ਹੋਣੀ ਹੈ ਜੀ ਉਹ ਪੈਸੇ ਦੀ ਖਰਚੀ ਆਪਣਾ ਲੋੜ ਤਾਂ ਪੈਣੀ ਹੀ ਪੈਣੀ ਹੈ ਨਾ ਦੇਖੋ ਕਾਨੂੰਨ ਮੁਤਾਬਕ ਤਾਂ ਬਿਲਕੁਲ ਜਾਇਜ਼ ਆ ਪਰ ਗੱਲ ਇਹ ਆ ਵੀ ਆਪਾਂ ਜੇ ਗੱਲ ਕਰੀਏ ਵੀ ਮੌਕਾ ਜਿਵੇਂ ਉਹਨਾਂ ਕਿਹਾ ਮੈਨੂੰ ਪਤਾ ਲੱਗਿਆ ਵੀ ਉਹਨਾਂ ਵੀਰ ਭਰਾਵਾਂ ਨੇ ਵੀ ਕਹਿੰਦੇ ਰਾਤ ਨੂੰ 12 ਵਜੇ ਲੈਂਟਰ ਪਾਇਆ ਜੇ ਕੋਈ ਨਾ ਕੋਈ ਗਲਤ ਹੋਊਗੀ ਜੇ ਰਾਤ ਨੂੰ 12-12 1 ਵਜੇ ਲੈਂਟਰ ਪੈਂਦੇ ਨੇ ਤੇ ਕਿੱਡੀ ਗਲਤੀ ਜੇ ਫੀਸ ਵੀ ਭਰਾ ਲੈਂਦੇ ਉਹ ਹਨਾ ਤੇ ਇਹਨਾਂ ਨੂੰ ਵਾਰਨਿੰਗ ਵੀ ਕਹਿੰਦੇ ਦਿੱਤੀ ਆ 2-3 ਵਾਰ ਤੇ ਕੁੱਲ ਮਿਲਾ ਕੇ ਇਹ ਕਹੀਏ ਵੀ ਹਾਂ ਉਹਨਾਂ ਨੂੰ ਆਪਾਂ ਜਿਹੜਾ ਹੈਗਾ ਸੀਗਾ ਕਾਗਜ਼ ਪੱਤਰੀ ਸਹੀ ਹੋਣਾ ਚਾਹੀਦਾ ਸੀਗਾ ਜੇ ਹੁਣ ਗੱਲ ਕਰੀਏ ਆਪਾਂ ਵੀ ਜਿਹੜਾ ਇਹ ਕਾਰਵਾਈ ਹੋਈ ਆ ਇਹਨੂੰ ਤੁਸੀਂ ਅਪਡੇਟ ਰੋਡੇ ਦੇ ਇਲਜ਼ਾਮ ਲੱਗੇ ਨੇ ਉਹਨੂੰ ਕਿੱਦਾਂ ਦੇਖਦੇ ਹੋ ਦੇਖੋ ਉਹਨਾਂ ਦਾ ਇਲਜ਼ਾਮ ਹੀ ਲਾਉਣੇ ਨੇ ਦੇਖੋ ਕਹਿਣ ਨਾਲ ਕੋਈ ਗੱਲ ਥੋੜ੍ਹੀ ਹੋ ਜਾਂਦੀ ਆ ਇਲਜ਼ਾਮ ਲਾਉਣਾ ਉਹਨਾਂ ਦੀ ਰਾਜਨੀਤੀ ਉਹੀ ਆ ਅਸੀਂ ਤਾਂ ਗੱਲ ਇਹ ਆ ਅਸੀਂ ਤਾਂ ਕੰਮ ਕਰਨ 'ਚ ਵਿਸ਼ਵਾਸ ਰੱਖਦੇ ਹਾਂ ਜਿਹੜੀ ਬਦਲਾਖੋਰੀ ਰਾਜਨੀਤੀ ਹੈ ਨਾ ਪਾਰਟੀ ਨੂੰ ਆਉਂਦੀ ਆ ਪਹਿਲਾਂ ਜਦੋਂ ਅਕਾਲੀ ਜਾਂ ਕਾਂਗਰਸੀ ਅੱਜ ਬਣਦੇ ਹੈਗੇ ਤੇ ਇੱਕ ਦੂਜੇ ਦੇ ਕਾਰਵਾਈਆਂ ਕਰਦੇ ਆਏ ਨੇ ਸਾਡਾ ਆਧਾਰ ਕਾਰਡ ਅੱਜ ਅਸੀਂ ਜਿੱਦੇ ਬਣਿਆ ਕੋਈ ਇਹੋ ਜਿਹੀ ਬਦਲਾਖੋਰ ਵਾਲੀ ਅੱਜ ਤੱਕ ਕੋਈ ਇਹੋ ਜਿਹੀ ਕਾਰਵਾਈ ਹੋਈ ਨਹੀਂ ਹੈਗੀ
ਬਣਿਆ ਨੂੰ ਵੀ ਲਗਭਗ 1.5 ਸਾਲ ਹੋਣ ਵਾਲਾ ਤੇ ਅੱਜ ਕੱਲ ਕਿੱਥੋਂ ਫੜੀ ਤੇ ਦੂਜੀ ਗੱਲ ਇਹ ਸਿਰਫ ਜਦੋਂ ਬੀਬੀ ਐਮਸੀ ਦੀ ਜ਼ਮੀਨ ਹੈਗੀ ਨਹੀਂ ਉਹ ਦੁਕਾਨ ਇਹ ਸ਼ੋਅ ਕਿਉਂ ਕਰਦੇ ਨੇ ਬੀਬੀ ਦੇ ਨਾਂ ਤੇ ਕਹਿ ਕਹਿ ਕੇ ਇਹ ਕਿਉਂ ਡਰਾਮਾ ਕਰਦੇ ਨੇ ਕੀ ਕਰਨਵੀਰ ਨੂੰ ਪਤਾ ਨਹੀਂ ਹੈਗਾ ਵੀ ਦੁਕਾਨ ਉਹਦੀ ਨਹੀਂ ਹੈਗੀ ਸਿਰਫ ਆਮ ਆਦਮੀ ਪਾਰਟੀ ਦਾ ਜੋ ਇੰਨਾ ਵਧੀਆ ਐਕਸ਼ਨ ਆਇਆ ਉਹਨੂੰ ਢਾਹ ਲਾਉਣ ਦੀ ਇੱਕ ਕੋਸ਼ਿਸ਼ ਆ ਉਹ ਕਦੇ ਕਾਮਯਾਬ ਨਹੀਂ ਹੋਣੀ ਸਮਰਾਲੇ ਸ਼ਹਿਰ 'ਚ ਖੰਨਾ ਰੋਡ 'ਤੇ ਸ਼ੀਤਲਾ ਮਾਤਾ ਮੰਦਿਰ ਕੋਲ ਜਿਹੜੀ ਬਿਲਡਿੰਗ ਦੀ ਤੁਸੀਂ ਗੱਲ ਕਰਦੇ ਹੋ ਜਿਹੜੀ ਦੁਕਾਨ ਦੀ ਇਹ ਤੁਹਾਡੀ ਗੱਲ ਠੀਕ ਹੈ ਵੀ ਉਹ ਜਿਹੜੀ ਸਾਰੀ ਸੀਗੀ ਉਹ ਬਿਨਾਂ ਨਕਸ਼ੇ ਤੋਂ ਸੀ ਪਰ ਜਿਹੜੀ ਵੱਡੀ ਗੱਲ ਹੈ ਉਹ ਇਹ ਹੈ ਬਿਨਾਂ ਨਕਸ਼ੇ ਤੋਂ ਸਾਰੀਆਂ ਇਕੱਲੇ ਸਮਰਾਲੇ 'ਚ ਨਹੀਂ ਸਾਰੇ ਪੰਜਾਬ 'ਚ ਹੁੰਦੀਆਂ ਨੇ ਔਰ ਜਿਹੜੀ ਕਾਨੂੰਨ ਦੀ ਉਲੰਘਣਾ ਹੈ ਚਾਹੇ ਉਹ ਸਮਰਾਲੇ 'ਚ ਹੈ ਚਾਹੇ ਉਹ ਪੰਜਾਬ 'ਚ ਹੈ ਚਾਹੇ ਹਿੰਦੁਸਤਾਨ ਦਾ ਹਿੰਦੁਸਤਾਨ 'ਚ ਕਿਤੇ ਵੀ ਹੈ ਉਹਦੀ ਬਣਦੀ ਕਾਰਵਾਈ ਉਹ ਤਾਂ ਹੋਣੀ ਚਾਹੀਦੀ ਹੈ ਅਸੀਂ ਕਾਰਵਾਈ ਦੇ ਬਿਲਕੁਲ ਖਿਲਾਫ ਨਹੀਂ ਹੈ ਪਰ ਕਾਰਵਾਈ ਜੋ ਕਾਨੂੰਨ ਦੇ ਦਾ ਸਥਾਪਿਤ ਢੰਗ ਹੈ ਉਹਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ ਔਰ ਦੂਸਰੀ ਗੱਲ ਕੋਈ ਪੱਖਪਾਤ ਨਹੀਂ ਹੋਣਾ ਚਾਹੀਦਾ ਲਾਅ ਇਜ਼ ਇਕੁਅਲ ਫੋਰ ਐਵਰੀ ਵਨ ਇਹਦੇ 'ਚ ਜਿਨ੍ਹਾਂ ਦੇ ਨਾਂ 'ਤੇ ਇਹ ਪਲਾਟ ਦੁਕਾਨ ਹੈ ਉਹਨਾਂ ਦਾ ਨਾਮ ਹੈ ਸ਼੍ਰੀਮਤੀ ਰਾਜਵਿੰਦਰ ਕੌਰ ਇਹ ਸ਼ਹਿਰ ਵਿੱਚ ਗੱਲ ਆਮ ਪ੍ਰਚਲਿਤ ਹੈ ਵੀ ਸਾਡੇ ਨਗਰ ਕੌਂਸਲ ਦੇ ਇੱਕ ਕੌਂਸਲਰ ਸਾਹਿਬਾਨ ਦਾ ਵੀ ਇਸ ਦੁਕਾਨ ਵਿੱਚ ਕੋਈ ਹਿੱਸਾ ਹੈ ਪਰ ਹਜੇ ਇਸ ਗੱਲ 'ਤੇ ਕੋਈ ਵੈਰੀਫਾਈ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਾਨੂੰ ਨਹੀਂ ਪਤਾ ਵੀ ਕੌਂਸਲਰ ਸਾਹਿਬਾਨ ਦੇ ਪੈਸੇ ਲੱਗੇ ਨੇ ਕਿ ਨਹੀਂ ਲੱਗੇ ਉਹਨਾਂ ਬਾਈਟ ਦਿੱਤੀ ਉਹਦੇ ਵਿੱਚ ਬੋਲਿਆ ਕਿ ਮੇਰੀ ਦੁਕਾਨ ਹਾਂ ਅਤੇ ਉਹਨਾਂ ਨੇ ਜੇ ਐਡਮਿਟ ਕੀਤਾ ਹੈ ਇਹ 'ਚ ਕੋਈ ਹੋ ਵੀ ਸਕਦੀ ਹੈ ਮੇਰੀ ਗੱਲ ਇਹ ਨਹੀਂ ਹੈ ਹਾਂ ਇੰਨਾ ਕੁ ਜ਼ਰੂਰ ਹੈ ਵੀ ਇਸ ਪ੍ਰਚਲਿਤ ਗੱਲ ਕਰਕੇ ਜਿਹੜੇ ਸਮਰਾਲੇ ਦੇ ਮੌਜੂਦਾ ਵਿਧਾਇਕ ਨੇ ਉਹਨਾਂ ਨੂੰ ਇਸ ਗੱਲ ਕਰਕੇ ਸਿਰਫ ਇੱਕੋ ਦੁਕਾਨ ਦਿਖੀ ਸਾਰੇ ਸ਼ਹਿਰ 'ਚੋਂ ਔਰ ਕੋਈ ਕਾਨੂੰਨ ਕੋਈ ਪ੍ਰੋਸੈਸ ਕੋਈ ਪ੍ਰੋਸੀਜਰ ਫੋਲੋ ਨਹੀਂ ਕੀਤਾ ਗਿਆ ਕੱਲ੍ਹ ਰਾਤ ਬੈਠ ਕੇ ਆਮ ਆਦਮੀ ਪਾਰਟੀ ਦੇ ਦਫ਼ਤਰ 'ਚ ਬੈਠ ਕੇ ਪਲੈਨਿੰਗ ਹੋਈ ਨਗਰ ਕੌਂਸਲ ਦੇ ਕਿਸੇ ਵੀ ਮੁਲਾਜ਼ਮ ਨੂੰ ਸਿਵਾਏ ਈਓ ਸਾਹਿਬ ਦੇ ਕਿਸੇ ਵੀ ਮੁਲਾਜ਼ਮ ਨੂੰ ਇਹ ਪਤਾ ਨਹੀਂ ਸੀ ਵੀ ਅੱਜ ਸਵੇਰੇ ਕਾਰਵਾਈ ਹੋਣੀ ਹੈ ਜਦੋਂ ਨਗਰ ਕੌਂਸਲ 'ਚੋਂ ਮਸ਼ੀਨਾਂ ਮੰਗਾਈਆਂ ਗਈਆਂ ਬੰਦੇ ਮੰਗਾਏ ਗਏ ਤਾਂ ਨਗਰ ਕੌਂਸਲ ਵਿੱਚ ਸੁਨੇਹਾ ਇਹ ਲਾਇਆ ਗਿਆ ਵੀ ਅਸੀਂ ਕਿਸੇ ਹੋਰ ਦੀ ਦੁਕਾਨ 'ਤੇ ਮੈਂ ਨਾਮ ਵੀ ਦੱਸ ਦਿੰਦਾ ਚਹਿਲਾਂ ਵਾਲਿਆਂ ਦੀ ਦੁਕਾਨ 'ਤੇ ਬਿੱਟੂ ਚਹਿਲਾਂ ਵਾਲਿਆਂ ਦੀ ਦੁਕਾਨ 'ਤੇ ਨਹੀਂ ਜੀ ਨਹੀਂ ਬਣਦੀ ਨਹੀਂ ਬਣਦੀ ਇਹ ਨਹੀਂ ਪਤਾ ਪਰ ਸਮੱਸਿਆ ਇਹ ਹੈ ਵੀ ਨਗਰ ਕੌਂਸਲ ਦੇ ਮੁਲਾਜ਼ਮਾਂ ਨੂੰ ਇਹ ਝੂਠ ਬੋਲ ਕੇ ਉੱਥੇ ਲੈ ਕੇ ਜਾਇਆ ਗਿਆ ਵੀ ਆਪਾਂ ਚਹਿਲਾਂ ਵਾਲਿਆਂ ਦੀ ਦੁਕਾਨ 'ਤੇ ਜਾਣਾ ਪਰ ਲੈ ਗਏ ਖੰਨਾ ਰੋਡ 'ਤੇ ਰਾਜਵਿੰਦਰ ਕੌਰ ਜੀ ਦੀ ਦੁਕਾਨ 'ਤੇ ਔਰ ਇਹ 'ਚ ਮੈਂ ਦੱਸਦਾ ਦੋ ਇੱਕ ਹੁੰਦੀ ਹੈ ਵਾਰਨਿੰਗ ਨੋਟਿਸ ਇੱਕ ਹੁੰਦਾ ਹੈ ਸੈਕਸ਼ਨ 109 ਦੇ ਤਹਿਤ ਨੋਟਿਸ ਵਾਰਨਿੰਗ ਨੋਟਿਸ ਕੱਢਿਆ ਉਸ ਤੋਂ ਬਾਅਦ ਜੇ ਉਹ ਦੁਕਾਨਦਾਰ ਜਾਂ ਉਹ ਪਲਾਟ ਦਾ ਮਾਲਕ ਉਸ ਵਾਰਨਿੰਗ ਨੋਟਿਸ 'ਤੇ ਨਾ ਅਮਲ ਕਰੇ ਫਿਰ 109 ਦਾ ਨੋਟਿਸ ਕੱਢਿਆ ਜਾਂਦਾ ਕਮੇਟੀ ਵੱਲੋਂ ਵਾਰਨਿੰਗ ਨੋਟਿਸ ਤਾਂ ਕੱਢਤਾ ਸ਼੍ਰੀਮਤੀ ਰਾਜਵਿੰਦਰ ਜੀ ਕੌਰ ਨੂੰ ਪਰ ਕੋਈ ਵੀ 109 ਦਾ ਨੋਟਿਸ ਨਹੀਂ ਕੱਢਿਆ ਪੁਲਿਸ ਕਿਸੇ ਹੋਰ ਤੋਂ ਤਾਂ ਦੱਬਦੀ ਨਹੀਂ ਹੁੰਦੀ ਜਿਹੜਾ ਸਰਕਾਰ ਦਾ ਹੁਕਮਰਾਨ ਬੰਦਾ ਹੈ ਜਗਤਾਰ ਸਿੰਘ ਦਿਆਲਪੁਰਾ ਮੈਂ ਸਾਫ਼ ਕਹਿਣਾ ਜੀ ਉਹਨਾਂ ਨੇ ਪ੍ਰੈਸ਼ਰਾਈਜ਼ ਕੀਤਾ ਜੇ ਪੁਲਿਸ ਉੱਥੇ ਪਹੁੰਚੀ ਹੈ ਤਾਂ ਮੇਰੇ ਕਹਿਣ 'ਤੇ ਤਾਂ ਪੁਲਿਸ ਉੱਥੇ ਆ ਨਹੀਂ ਸਕਦੀ ਨਾ ਸਾਡੀ ਯੂ ਸਾਹਿਬ ਦੇ ਕਹਿਣ 'ਤੇ ਪੁਲਿਸ ਆ ਸਕਦੀ ਹੈ ਜਦ ਤੱਕ ਅਸੀਂ ਚਿੱਠੀ ਨਾ ਭੇਜੀਏ ਕਿਹਨੇ ਪੁਲਿਸ ਭੇਜੀ ਉੱਥੇ ਇੱਕ ਬਸ ਵਾਰਨਿੰਗ ਨੋਟਿਸ ਗਿਆ ਉਹ ਵੀ ਮੇਰੀ ਬੇਨਤੀ ਹੈ ਵੀ ਈਓ ਸਾਹਿਬ ਕਹਿੰਦੇ ਨੇ ਵੀ ਵਾਰਨਿੰਗ ਨੋਟਿਸ ਗਿਆ ਕਾਗਜ਼ਾਂ 'ਚ ਕਿਤੇ ਦਰਜ ਨਹੀਂ ਹੈ
ਜਦੋਂ ਇਹੋ ਜਿਹੀ ਕਾਰਵਾਈ ਹੁੰਦੀ ਹੈ ਤਾਂ ਪੇਪਰ ਵਰਕ ਪੂਰਾ ਹੁੰਦਾ ਜੀ? ਮੈਂ ਇਸੇ ਕਰਕੇ ਆਪਣੇ ਕੋਲ ਅੱਜ ਸਾਰੇ ਕਾਗਜ਼ ਪੱਤਰ ਮੰਗਾਏ ਸੀ। ਇਸ ਤਰੀਕੇ ਦਾ ਇੱਕ ਨੋਟਿਸ ਹੁੰਦਾ ਹੈ, ਇਹ ਨੋਟਿਸ ਭੇਜਿਆ ਜਾਂਦਾ ਹੈ ਔਰ ਉਸ ਤੋਂ ਬਾਅਦ ਇਹ ਨੋਟਿਸ ਜਿਹੜਾ ਇਸ ਤਰੀਕੇ ਦਾ ਇੱਕ ਰਜਿਸਟਰ ਹੈ, ਇਹਨੂੰ ਕਹਿੰਦੇ ਨੇ ਰਸੀਟ ਡਿਸਪੈਚ ਰਜਿਸਟਰ, ਇਹਦੇ ਵਿੱਚ ਉਹ ਦਰਜ ਕੀਤਾ ਜਾਂਦਾ ਸਾਡੇ ਰਿਕਾਰਡ ਵਾਸਤੇ ਵੀ ਅਸੀਂ ਭੇਜਿਆ ਸੀ। ਜਿਹੜੀ ਅੱਜ ਇਹ ਕਾਰਵਾਈ ਹੋਈ ਹੈ, ਨਾ ਤਾਂ ਮੈਨੂੰ ਨੋਟਿਸ ਮਿਲਿਆ ਹੈ ਨਾ ਮੈਨੂੰ ਇਹਦੇ 'ਚ ਕਿਤੇ ਦਰਜ ਮਿਲਿਆ। ਔਰ ਇਹ ਕਹਿੰਦੇ ਨੇ ਅਸੀਂ ਇਮਾਨਦਾਰ ਸਰਕਾਰ ਹੈ ਸਾਡੀ, ਇਹਨਾਂ ਨੇ ਕਾਰਵਾਈਆਂ ਗੈਰ ਕਾਨੂੰਨੀ ਤਰੀਕੇ ਨਾਲ ਕਰਨੀਆਂ ਨੇ, ਹੋਰ ਕੀ ਕੰਮ ਕਰਦੇ ਹੋਣਗੇ ਗੈਰ ਕਾਨੂੰਨੀ ਤਰੀਕੇ ਨਾਲ ਤਾਂ ਰੱਬ ਜਾਣਦਾ। ਅਸੀਂ ਮੈਂ ਆਪਣੇ MC ਸਾਹਿਬ ਨੂੰ ਵੀ ਕਿਹਾ ਸੀ ਜਿਹਨਾਂ ਦੀ ਕਰਕੇ ਜਿਹਨਾਂ ਦਾ ਰੌਲਾ ਪੈਂਦਾ, ਜਾਂ ਸ਼੍ਰੀਮਤੀ ਰਾਜਵਿੰਦਰ ਕੌਰ ਜੀ ਜਿਹਨਾਂ ਦਾ ਪਲਾਟ ਹੈ, ਉਹਨਾਂ ਤੱਕ ਵੀ ਮੈਂ ਕਿਹਾ ਸੀ ਫੋਨ ਕਰਕੇ ਵੀ ਤੁਸੀਂ ਬਣਾ ਰਹੇ ਹੋ ਦੁਕਾਨ ਕੋਈ ਗੱਲ ਨਹੀਂ, ਪਰ ਇਹ ਨਕਸ਼ਾ ਪਾਸ ਕਰਾ ਲਓ। ਦੇਖੋ ਕਾਨੂੰਨ ਸਾਰਿਆਂ ਉੱਤੇ ਲਾਗੂ ਹੈ, ਮੇਰੇ 'ਤੇ ਵੀ ਲਾਗੂ ਹੈ। ਹਾਂ, ਜਿਹਦੇ ਨਾਂ 'ਤੇ ਬਿਲਡਿੰਗ ਹੈ ਨਕਸ਼ਾ ਉਹਨੇ ਪਾਸ ਕਰਾਉਣਾ ਹੈ। ਪਹਿਲਾਂ ਦੇ ਦੱਸ ਚੁੱਕਿਆ ਜੀ, ਇੱਕ ਤਾਂ ਅਸੀਂ ਆਪਣੀ ਨਗਰ ਕੌਂਸਲ 'ਚ ਮੱਥਾ ਪਾਵਾਂਗੇ ਇਸ ਕਾਰਵਾਈ ਦੇ ਖਿਲਾਫ, ਸੈਕਿੰਡ ਸਪਸ਼ਟੀਕਰਨ ਦੇਣ ਸਾਨੂੰ ਵੀ ਇਹ ਕਾਰਵਾਈ ਕਿਹੜੇ ਕਾਗਜ਼ਾਂ ਦੇ ਬੁਨਿਆਦ 'ਤੇ ਕੀਤੀ ਗਈ ਔਰ ਇਹਦੇ ਪਿੱਛੇ ਕੀ ਪ੍ਰੋਸੀਜਰ ਫੋਲੋ ਕੀਤਾ ਗਿਆ, ਔਰ ਜੇ ਪ੍ਰੋਸੀਜਰ ਗਲਤ ਸੀ ਜਾਂ ਫੋਲੋ ਨਹੀਂ ਕੀਤਾ ਗਿਆ ਤਾਂ ਕਿਹਦੀ ਜ਼ਿੰਮੇਵਾਰੀ ਫਿਕਸ ਆਊਗੀ, ਇਹ ਵੀ ਕਲੀਅਰ ਕੀਤਾ ਜਾਵੇ। ਚਾਹੇ ਇਹਦੇ ਵਿੱਚ ਹੁਣ SDM ਸਾਹਿਬ ਇਨਵੋਲਵ ਹੋਣ, ਚਾਹੇ DC ਸਾਹਿਬ ਜਾਂ ADC ਸਾਹਿਬ ਇਨਵੋਲਵ ਹੋਣ, ਪਰ ਜ਼ਿੰਮੇਵਾਰੀ ਫਿਕਸ ਕੀਤੀ ਜਾਊਗੀ। ਤੀਸਰੀ ਗੱਲ, ਮੈਂ ਇਸ ਗੱਲ ਨਾਲ ਪਹਿਲੀ ਫਸਟ ਸਟੇਟਮੈਂਟ ਮੇਰੀ ਇਹ ਸੀ ਵੀ ਇਹ ਜਿਹੜੀ ਦੁਕਾਨ ਹੈ ਇਹਦਾ ਨਕਸ਼ਾ ਪਾਸ ਨਹੀਂ ਸੀ। ਮੈਂ ਹੁਣ ਵੀ ਕਹਿੰਦਾ ਨਕਸ਼ਾ ਪਾਸ ਨਹੀਂ ਸੀ, ਉਹ ਰਾਜਵਿੰਦਰ ਕੌਰ ਜੀ ਦੀ ਗਲਤੀ ਹੈ, ਨਕਸ਼ਾ ਪਾਸ ਕਰਾਉਣਾ ਚਾਹੀਦਾ ਸੀ। ਤੀਸਰੀ ਗੱਲ ਇਹ ਹੈ ਵੀ ਹੋਰ ਜਿਹੜੀਆਂ ਦੁਕਾਨਾਂ ਦਾ ਨਕਸ਼ਾ ਪਾਸ ਨਹੀਂ ਹੈ, ਕੀ ਇਸੇ ਤਰੀਕੇ ਉਹਨਾਂ 'ਤੇ ਵੀ ਕਾਰਵਾਈ ਕੀਤੀ ਜਾਊਗੀ? ਕਿਉਂਕਿ ਕਾਰਵਾਈ ਹਮੇਸ਼ਾ ਸਾਰਿਆਂ 'ਤੇ ਬਰਾਬਰ ਦੀ ਹੋਣੀ ਚਾਹੀਦੀ ਹੈ, ਕਿਸੇ ਇੱਕ ਨੂੰ ਵੀ ਸਿੰਗਲ ਆਊਟ ਕਰਕੇ ਤੁਸੀਂ ਕਾਰਵਾਈ ਕਰੋਗੇ ਤਾਂ ਉਹ ਧੱਕਾ ਹੁੰਦਾ। ਜੇ ਇਸੇ ਤਰੀਕੇ ਧੱਕਾ ਕਰਨਾ ਤਾਂ ਫਿਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਾਹੀਂ ਵੀ ਹੁਣ ਵੀ ਸੰਭਲਣ ਦਾ ਟਾਈਮ ਹੈ, ਆਪਾਂ ਆਪਣੇ ਪੈਰਾਂ 'ਤੇ ਖੜ੍ਹੇ ਹੋਈਏ, ਇਕੱਠੇ ਹੋਈਏ। ਨਹੀਂ ਅੱਜ ਰਾਜਵਿੰਦਰ ਕੌਰ ਜੀ ਨਾਲ ਹੋਇਆ, ਕੱਲ੍ਹ ਨੂੰ ਤੁਹਾਡੇ ਨਾਲ ਵੀ ਹੋਣਾ ਹੈ।